ਰਹਿਣ ਚਰਨਾਈ, ਜੋ ਦਿਨ ਆਵੇ ਸੋ ਦਿਨ ਜਾਈ, ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਪੂਛ ਕਰਨਾ ਪੂਛ ਰਹਿਣ ਚਰਨਾ, ਸੇਵਾ ਕਰਦਿਆਂ ਕੀਰਤਨ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਜਾਣ ਕੇ ਭੁੱਲਾਂ ਦੀ ਮਾਫ਼ੀ ਲਈ ਅੱਗੇ ਨੂੰ ਸਮਰੱਥ ਬਖਸ਼ਣ ਵਾਲੇ ਲਈ ਪਾਠ ਕਰਨ ਦਾ, ਸੇਵਾ ਕਰਨ ਦਾ, ਕੀਰਤਨ ਵਿਚਾਰਾਂ ਕਰਨ ਦਾ ਮਨੁੱਖ ਸੁਣਾ ਦਰ 'ਤੇ ਸੰਧੀ ਹੈ, ਦਰ 'ਤੇ ਪ੍ਰਵਾਨ ਕਰਨੀ ਕੀਤੀ ਤਿਲਫ ਭੇਟਾ ਦਰ 'ਤੇ ਪ੍ਰਵਾਨ ਇਲਾਹੀ ਦਰਗਾਹੀ ਪ੍ਰਮ ਸੁਣਾ ਕੇ ਨਿਹਾਲ 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 ਕਰੋ, ਸਹੀ ਪੈਰਾਂ ਦਾ ਮਿਲ ਕਰਾਓ। ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਤਾਂ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਕੀਰਤ ਪਾਉਂਦਾ ਤਾਂ ਤੇਰੀ
Thank you.
Thank you.
ਆਪਣਾ ਅੰਦਰ ਦੇ ਮਾਮੇ ਨਾਲ ਅੰਦਾਜ਼ਾ ਲੱਗ ਸਕਦਾ ਹੈ, ਜਿਹੜਾ ਬਾਰਾ ਕਦੇ ਉੱਡਾ ਨਹੀਂ ਹੁੰਦਾ, ਅੱਖਾਂ ਤੋਂ ਦੇਖਦਾ ਨਹੀਂ, ਕੰਨਾਂ ਤੋਂ ਸੁਣਨੋਂ ਵੀ ਹਟ ਗਿਆ, ਪਰ ਜਿਹੜਾ ਅੰਦਰ ਦਾ ਦਿਮਾਗ ਹੈ ਨਾ, ਅੰਦਰਲਾ ਜਿਹੜਾ ਕਰ ਗਿਆ ਗੁਰੂ ਸਤਨਾਮ ਅਜੇ ਵੀ ਪਾਰ ਸੋਚੀ ਜਾਂਦਾ ਮੰਜੀ ਤੇ ਪਿਆ, ਕਿਉਂਕਿ ਜਿਹੜਾ ਸਾਡਾ ਮਨ ਹੈ ਨਾ ਵਿਕਾਰੀ ਹੈ, ਇਸ ਵਿਕਾਰੀ ਮਨ ਤੇ ਕਾਬੂ ਪਾਉਣਾ ਹੈ, ਵਿਕਾਰੀ ਮਨ ਤੇ ਕਾਬੂ ਪਾਉਣਾ ਹੈ। ਸਾਧੂ ਕਹਿੰਦੇ ਜਪਣ ਚੱਲਣ ਤਦ ਸੇ ਸੁਣੀਅਰ ਬਹਿ ਗਏ, ਹੇੜੇ ਮੁਕੀ ਤਾਹਾ ਸੇ ਜਾਨੀ ਚੱਲ ਗਏ, ਕਹਿੰਦੇ ਚਲੇ ਗਏ ਤੇਰੇ ਸਾਥੀ ਤੇਰੇ ਆਪਣੇ, ਇੱਥੇ ਬੈਠੇ ਮਾਪਿਆਂ ਜਮੀਨ ਸੁਲਣੇ ਹੋਏ ਤੈ ਪਾਸ ਤੋਂ ਕੋਈ ਲੱਗ ਗਏ, ਤੂੰ ਅਜੇ ਨਾ ਪਤੀ ਨੀ, ਕਹਿੰਦੇ ਜੀ ਤੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਜਾਣਾ ਹੈ, ਤੂੰ ਅਜੇ ਵੀ ਕਹਿੰਦੇ ਕਿ ਘਰ ਨਹੀਂ ਜਾਂਦਾ, ਤੂੰ ਕਹਿੰਦਾ ਆਪ ਵੀ ਮੇਰਾ ਆਪ ਵੀ ਮੇਰਾ, ਪਰ ਸਾਧੂ ਕਹਿੰਦੇ ਇੱਕ ਦਿਨ ਆਵੇਗਾ ਜੇ ਤੇ ਛੇਰਾ ਤੇਰਿਆਂ ਦੇ ਸਾਥ ਨਹੀਂ ਦੇਣਾ, ਤੇਰਿਆਂ ਨੇ ਮੇਰਾ ਸਾਥ ਨਹੀਂ ਦੇਣਾ, ਜਿਹੜੇ ਕੌਣ ਕੁੜਕਾਏ ਪਰਾਤਰ ਦਾ ਜਿਹੜਾ ਮਾਰ ਹੈ, ਕਹਿੰਦੇ ਮਨ ਸਾਥ ਵੀ ਨਹੀਂ ਹੁੰਦਾ, ਪਰ ਕਹਿੰਦੇ ਜਿਹੜਾ ਅੰਦਰ ਦਾ ਮਨ ਦੇ ਨਾਲ ਕੱਢੀਆਂ ਜਾਂਦੀਆਂ ਨੇ, ਪਰ ਜਿਹੜੀ ਮਾਇਆ ਨੇ ਸਾਡੇ ਉੱਤੇ ਜਾਲ ਪਾਇਆ ਇਹਨੂੰ ਸਾਧੂ ਬਾਣੀ ਵਿੱਚ ਕਹਿੰਦੇ ਆ, ਕਹਿੰਦੇ ਮਾਇਆ ਮਮਤਾ ਹੋਣੀ ਜਿਨ ਬਿਨ ਤੰਤਾ ਜਗ ਖਾਇਆ, ਕਹਿੰਦੇ ਜਿਹੜੀ ਇਹ ਮਾਇਆ ਇਹ ਜਿਨ੍ਹਾਂ ਦੇ ਦੰਦ ਚ ਮਾਇਆ ਦਾ ਰਾਜਾ ਜਾਂਦਾ ਹੈ, ਚਮੜ ਚਲਣ ਤਨ ਸੇ ਸੁਣੀਅਰ ਬਹਿ ਗਏ,
ਸੁਣਨੋਂ ਬਹਿ ਜਾਂਦਾ ਹੈ ਚੱਪ ਨਹੀਂ ਹੁੰਦਾ, ਨੇਤਰਾਂ ਤੋਂ ਦੇਖਦਾ ਕੋਈ ਨਹੀਂ। ਕਹਿੰਦੇ ਇਹਦਾ ਮਨ ਅਜੇ ਵੀ ਨਹੀਂ ਭਰਿਆ। ਸਰਫ ਹੈ ਸਦਾ ਸਦਾ ਇਹ ਮੈਂ ਕਹਿ ਰਿਹਾ ਹੈ। ਕਹਿੰਦੇ ਇਸ ਸੰਸਾਰ ਦੇ ਵਿੱਚ ਅੱਜ ਤੱਕ ਨਹੀਂ ਕਿਸੇ ਨੇ ਕਿਹਾ। ਹਰ ਕੋਈ ਕਹਿੰਦਾ ਵੀ ਹੋਰ ਜਿਉਂਦਾ ਹਲੇ, ਹੋਰ ਜਿਉਂਦਾ, ਇਹਦਾ ਮਨ ਨਹੀਂ ਕਰਦਾ ਵੀ ਮੈਂ ਮਰ ਜਾ। ਉਸ ਤੋਂ ਜਾਏ ਸਿਆਣੇ ਆ ਕੇ ਕਹਿੰਦੇ ਮਰਨਾ ਤਾਂ ਹੈ ਹੀ, ਮਰਨ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਤੇਰੇ ਕੋਲ ਸਵਾਸ ਹੈ, ਤੇਰੇ ਕੋਲ ਸਰੀਰ ਹੈ, ਤੇਰੇ ਕੋਲ ਸਮਾਂ ਹੈ। ਕਹਿੰਦੇ ਇਹ ਤਿੰਨੇ ਚੀਜ਼ਾਂ ਜਿੰਨਾ ਚਿਰ ਤੇਰੇ ਕੋਲ ਹੈ ਉਹਨਾਂ ਕਰ ਸਕਦਾ ਜਿਸਕੇ ਜੀ ਪ੍ਰਾਣ ਹੈ। ਕਹਿੰਦੇ ਫਿਰ ਸਹਿਜੇ ਸਹਿਜੇ ਉਹਦੇ ਵਿੱਚ ਸਮਾ ਜਾਵੇਗਾ। ਇਹ ਵਾਲਦੋ ਦੀ ਧਰਤੀ ਜੀ ਜਿੱਥੇ ਆਪਾਂ ਵਿਚਰਦੇ ਹਾਂ, ਅਨੇਕਾਂ ਗੁਰੂ ਪੀਰ ਇਸ ਸੰਸਾਰ ਦੀ ਧਰਤੀ ਤੇ ਦੇਵੀ ਦੇਵਤੇ ਬਣ ਕੇ ਵੀ ਆਏ, ਪਰ ਕਹਿੰਦੇ ਜੇ ਜੇ ਦੇਵੀ ਦੇਵਤੇ ਆਏ ਅਸੀਂ ਜਿਹਨਾਂ ਨੂੰ ਪੂਜਣਾ ਸ਼ੁਰੂ ਕਰਤਾ, ਕਹਿੰਦੇ ਉਹ ਦੇਵੀ ਦੇਵਤੇ ਵੀ ਇਸ ਦੇਹੀ ਨੂੰ, ਜਿਹੜੀ ਦੇਹੀ ਆਪਾਂ ਨੂੰ ਮਨੁੱਖਾ ਜਨਮ ਵਿੱਚ ਆਉਣ ਵਾਲਿਆਂ ਨੂੰ ਮਿਲੀ ਹੈ ਨਾ, ਆਏ ਦੇਵੀ ਦੇਵਤੇ ਚਲੇ ਗਏ, ਇਹ ਕਿਸੇ ਨੂੰ ਪਏ, ਇਹ ਗਏ, ਇਹ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਇਹ ਹੈ, ਦੇਵਤਾ ਅਵਤਾਰ ਆਏ ਵਾਲੋ ਦੀ ਧਰਤੀ ਤੇ ਪਰ ਚਲੇ ਗਏ। ਕਹਿੰਦੇ ਜੇ ਤੂੰ ਸੰਸਾਰ ਵਿੱਚ ਆਇਆ ਨਾ ਇਹ ਮੈਂ ਕਹੀ ਵਿਹਾਏ ਰੱਜ ਨਾ ਕੋਈ ਜੀਵੇ। ਕਹਿੰਦੇ ਇਸ ਸੰਸਾਰ ਦੇ ਵਿੱਚ ਜਿੱਥੇ ਤੂੰ ਵਿਚਰਦਾ ਨਾ, ਨਾਨਕ ਕਿਸਮੋ ਬਾਕੀ ਹੈ ਬਿਨ ਪੁੱਛਿਆ ਹੀ, ਜਿੱਥੇ ਮਰਜ਼ੀ ਸਤਿਗੁਰੂ ਕਹਿੰਦੇ ਡਾਕਟਰ ਭਾਵੇਂ ਸਰਾਣੇ ਖੜਾ ਹੋਵੇ ਪਰ ਜਦੋਂ ਸਵਾਸ ਪੂਰੇ ਹੋ ਗਏ, ਸਵਾਸ ਸਮਾਂ ਤੇ ਸਥਾਨ, ਜਿਹੜੀ ਦੇਹੀ ਦਾ ਮਾਣ ਕਰਦਾ ਹੈ, ਸਰਫ ਹੈ ਸਦਾ ਸਦਾ ਇਹ ਮੈਂ ਕਹੀ ਵਿਹਾਏ, ਨਾਨਕ ਕਿਸਮੋ ਬਾਕੀ ਹੈ ਬਿਨ ਪੁੱਛਿਆ ਹੀ ਲੈ ਜਾਏ। ਕਹਿੰਦੇ ਤੂੰ ਸੰਸਾਰ ਤੋਂ ਜਾਵੇਗਾ, ਜਾਣ ਤੋਂ ਪਹਿਲਾਂ ਤੇਰੇ ਕੋਲ ਸਮਾਂ, ਤੇਰੇ ਕੋਲ ਸਵਾਸ ਹੈ, ਰੱਜ ਨਾ ਕੋਈ ਜੀਵੇ ਆਪਾਂ ਨਾ ਚੱਲਿਆ ਹੋਏ, ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪੱਕ ਹੋਏ। ਜੇ ਇਸ ਮਹਾਂਪੁਰਖ ਦੀ ਧਰਤੀ ਤੋਂ ਪਤਾ ਤੈਨੂੰ ਲੱਗ ਗਿਆ ਬਈ ਜਾਣਾ ਹੈ, ਕੋਈ ਵੀ ਬੰਦਾ ਇਹੋ ਜਿਹਾ ਨਹੀਂ ਮਹਾਂਪੁਰਖ ਦੀ ਧਰਤੀ 'ਤੇ ਜਿਹਨੂੰ ਇਸ ਗੱਲ ਦਾ ਪਤਾ ਨਾ ਹੋਵੇ ਵੀ ਮੈਂ ਮਰਨਾ। ਸਾਨੂੰ ਸਾਰਿਆਂ ਨੂੰ ਪਤਾ, ਆਪਾਂ ਨੂੰ ਸਭ ਨੂੰ ਪਤਾ ਵੀ ਮਰਨਾ ਹੈ, ਆ ਵੀ ਮੇਰਾ ਉਹ ਵੀ ਮੇਰਾ, ਪਰ ਸਾਨੂੰ ਕਹਿੰਦੇ ਤੇਰਾ ਇੱਥੇ ਕੁਝ ਵੀ ਨਹੀਂ, ਤੇਰਾ ਕੁਝ ਵੀ, ਤੇਰਾ ਤਾਂ ਇਹ ਸਰੀਰ ਵੀ ਇਹ ਵੀ ਤੈਨੂੰ ਕਰਾਇਆ ਕਿ ਤੂੰ ਸਮੇਂ ਵਾਸਤੇ ਮਿਲਿਆ ਹੋਇਆ, ਆਪੇ ਹੀ ਕਰ ਬਾਕੀ ਪਰ ਆਪੇ ਹੀ ਤਾਂ ਤਾਰੀ ਹੈ, ਦੇਖਿਆ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਕਾਰੀ ਹੈ, ਜਿੱਥੇ ਜੀ ਪ੍ਰਾਣ ਹੈ ਤੇ ਸਾਹਿਬ ਮਨ ਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ। ਸਾਨੂੰ ਤਾਂ ਕਹਿੰਦੇ ਤੂੰ ਆਪਣਾ ਕਾਰਜ ਆਪੇ ਹੀ ਸਵਾਰ ਲੈ, ਤੂੰ ਮਗਰ ਕਿਉਂ ਆਸਾ ਰੱਖਦਾ ਵੀ ਮੇਰਾ ਪਾਠ ਕਰਾਉਣਗੇ, ਮੇਰਾ ਕੀਰਤਨ ਕਰਾਉਣਗੇ, ਮੇਰਾ ਭੋਗ ਪਾਉਣਗੇ, ਕਿਉਂ ਆਸਾ ਰੱਖਦਾ? ਕਹਿੰਦੇ ਤੂੰ ਸੰਸਾਰ ਦੇ ਵਿੱਚ ਵਿਚਰਦਾ ਸੋਚੀ ਬੈਠਾ ਵੀ ਕੋਈ ਨੀ ਹੈਗੇ ਘਰ ਦੇ ਭੋਗ ਤਾਂ ਇਹਨਾਂ ਨੇ ਪਾਈ ਲੈਣਾ ਹੈ। ਸਾਨੂੰ ਕਹਿੰਦੇ ਤੂੰ ਸੋਚੀ ਬੈਠਾ ਮਨ ਦੇ ਵਿੱਚ। ਧੰਨ ਤੇ ਬਹਾਦਰ ਸਾਹਿਬ ਮਹਾਰਾਜ, ਐਸ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੰਸਾਰ ਦੇ ਵਿੱਚ ਐਸ ਮਹਾਂਪੁਰਖ ਦੀ ਧਰਤੀ ਤੇ ਵਿਚਰਨਾ ਸਭਨਾਂ ਨਾਲੋਂ ਵੱਖਰਾ ਹੈ। ਗੁਰੂ ਆਏ ਗੁਰੂਆਂ ਦੇ ਨਾਲੋਂ ਅੱਠਵੀਂ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤ ਜਦੋਂ ਮਹਾਂਪੁਰਖ ਦੀ ਧਰਤੀ ਤੋਂ ਸਰੀਰ ਕਰਕੇ ਚਲੇ ਗਏ, ਜੋਤੀ ਜੋਤ ਸਮਾ ਗਏ, ਗੁਰੂ ਦੇਵ ਕਹਿੰਦੇ ਉਸ ਧਰਤੀ ਤੇ ਬੜਾ ਸਮਾਂ ਤਪ ਕੀਤਾ। ਉਹ ਸਮੇਂ ਦਾ ਤਪ ਕੀਤਾ ਹੋਇਆ ਹੁਣ ਉਸੇ ਗੁਰੂ ਦੇ ਉੱਤੇ
ਉਹਦੇ ਸਭਾ ਬਣਿਆ। ਚਾਂਦਨੀ ਚੌਕ ਦੇ ਵਿੱਚ ਦਿੱਲੀ ਦੇ ਵਿੱਚ ਜਿੱਥੇ ਸਤਿਗੁਰਾਂ ਨੂੰ ਅਨੇਕਾਂ ਤਰ੍ਹਾਂ ਦੇ ਸ਼ਹੀਦ ਦਿੱਤੇ ਗਏ, ਸਰੀਰ ਕਰਕੇ ਆਏ ਸੀ। ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਨੇ ਰਹਿਣਾ ਨਹੀਂ। ਕਦੇ ਗੁਰੂ ਨਾਨਕ ਦੇ ਮਹਾਰਾਜੇ ਨੂੰ ਮਰਦਾਨੇ ਨੇ ਵੀ ਕਿਹਾ ਸੀ, ਮਰਦਾਨਾ ਕਹਿੰਦਾ ਮਹਾਰਾਜ ਆਹ ਦੁਨੀਆ ਜਿਹੜੀ ਬੜੀ ਨਕਲੀ ਹੈ, ਬੜੀ ਸੋਹਣੀ ਦੁਨੀਆ ਹੈ, ਆਪ ਜੀ ਰੋਹੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤਾਂ ਜਾਂਦੇ ਹੀ ਨਹੀਂ, ਸ਼ਹਿਰਾਂ ਦੇ ਵਿੱਚ ਜਾਂਦੇ ਹੀ ਨਹੀਂ, ਰੋਹੀਆਂ ਦੇ ਵਿੱਚ ਹੀ ਬੀਆ ਵਾਲ ਜੰਗਲਾਂ ਦੇ ਵਿੱਚ ਹੀ ਸਾਰਾ ਜੀਵਨ ਬਿਤਾਈ ਜਾ ਰਹੇ ਹੋ ਆਪਣੀ ਉਮਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਤਾਂ ਦਾਵਾ ਇਹਦਾ ਆਦਮੀ ਹੈ, ਨਹੀਂ ਤਾਂ ਬਿੱਲੀ ਦੀ ਢੇਰੀ ਹੈ। ਹਮ ਆਦਮੀ ਹਾਂ ਇਕਦਮੀ ਮੋਹਿਤ ਮੋਹਿਤ ਨਾ ਜਾਣਾ ਨਾਨਕ ਮੈਨੂੰ ਮੈਂ ਕਿਸਾ ਸਰੀਰ ਨੂੰ ਜਾ ਕੇ ਜੀ ਪੁਰਾਣਾ। ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਚੱਲਦੇ ਆ ਉਹਨਾਂ ਚਿਰ ਪਰਮਾਤਮਾ ਨੂੰ ਸਿਮਰ ਲਾ, ਅੰਦਰਲੇ ਸਵਾਲ ਦਾ ਕੋਈ ਪਤਾ ਨਹੀਂ ਬਾਹਰ ਆਵੇ ਜਾਂ ਨਾ ਆਵੇ। ਹਰ ਜਾਂਦੇ ਆ ਫਿਰ ਢਿੱਲਣਾ ਕੀ ਜਾ ਵੀ ਜਿੰਦੜੀਏ ਮੱਤ ਕੇ ਜਾ ਪੈਸਾ ਉਹ ਆਵੇ ਕਿ ਨਾ ਵੈ ਰਾਮ। ਕਹਿੰਦੇ ਮਰਦਾਨਿਆ ਕੋਈ ਪਤਾ ਨਹੀਂ ਸਵਾਸ ਆਵੇ ਜਾਂ ਨਾ ਆਵੇ, ਤੂੰ ਸਿਮਰਨ ਕਰ ਲੈ ਪਰਮਾਤਮਾ ਨੂੰ ਯਾਦ ਕਰ, ਕੁਝ ਨਹੀਂ ਸ਼ਹਿਰਾਂ ਬਜ਼ਾਰਾਂ ਦੇ ਵਿੱਚ ਰੱਖਿਆ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਕ ਦੇ ਵਿੱਚ ਕੈਦ ਕੀਤਾ ਗਿਆ, ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ, ਬੰਦ ਕੀਤੇ ਹੋਏ ਹੈ। ਕਹਿੰਦੇ ਇਸ ਧਰਤੀ 'ਤੇ ਅਨੇਕਾਂ ਰੂਹਾਂ ਗੁਰੂ ਦੇ ਚਗਿਰਦੇ ਉਹ ਰੂਹਾਂ ਨੇ ਜਿਹੜੀਆਂ ਗੁਰੂ ਦੀ ਖਾਤਰ ਮਰਨ ਨੂੰ ਤਿਆਰ ਹੈ, ਜਿਹੜੀਆਂ ਰੂਹਾਂ ਉਹ ਵੀ ਪੰਜਾਂ ਤੱਤਾਂ ਦੇ ਸਰੀਰ ਦੀ ਤਿਆਰ ਨੇ, ਉਹਨਾਂ ਰੂਹਾਂ ਨੂੰ ਵੀ ਗੁਰੂ ਸਾਹਿਬ ਦੇ ਸਾਹਮਣੇ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਦੇ ਸਾਹਮਣੇ ਕਹਿੰਦੇ ਇਹੋ ਜਿਹਾ ਸਮਾਂ ਆਇਆ, ਇਹੋ ਜਿਹਾ ਸਮਾਂ ਚੱਲਦਿਆਂ ਚੱਲਦਿਆਂ ਸਤਿਗੁਰਾਂ ਨੇ ਚਾਂਦਨੀ ਚੌਕ ਦੇ ਵਿੱਚ ਸਤਿਗੁਰਾਂ ਦੀ ਬਾਣੀ ਨਹੀਂ ਛੱਡੀ, ਨਿਰੰਕਾਰ ਦੀ ਨਿਰੰਕਾਰ ਨੂੰ ਯਾਦ ਰੱਖਿਆ। ਉੱਥੇ ਸਭ ਤੋਂ ਚਾਰੇ ਸਤਿਗੁਰਾਂ ਨੇ ਬਾਲ ਜਵਾਨੀਆਂ ਬਿਰਧ ਖੁਰਦਾ ਤੀਨ ਵਾਥਾ ਜਾਨ, ਕਹਿੰਦੇ ਤਿੰਨੇ ਵਾਥਾ ਨੇ, ਵਾਤਨ ਹੈ ਆਇਆ ਸੀ ਚਲਿਆ ਗਿਆ ਕੁਝ ਦੇ ਕੇ ਗਿਆ, ਕੀ ਦੇ ਗਿਆ? ਕਹਿੰਦੇ ਬਚਪਨ ਆਇਆ ਜਵਾਨੀ ਦੇ ਗਿਆ, ਜਵਾਨੀ ਦੇ ਕੇ ਗਿਆ, ਜਵਾਨੀ ਆਈ ਇਹ ਵੀ ਚਲੀ ਗਈ, ਬੁਢਾਪਾ ਦੇ ਗਈ ਹੁਣ ਬੁਢਾਪਾ ਆਇਆ। ਸਤਿਗੁਰੂ ਕਹਿੰਦੇ ਆ ਕਹਿੰਦੇ ਬੁਢਾਪੇ ਤੋਂ ਬਾਅਦ ਨਾ ਬੜੇ ਨੂੰ ਕਹਾ ਕੁਝ ਨੀ, ਇਹਨੇ ਦੇ ਕੇ ਕੁਝ ਨੀ ਜਾਣਾ। ਇਸ ਬੁਢਾਪੇ ਨੇ ਤਾਂ ਸਤਿਗੁਰੂ ਕਹਿੰਦੇ ਸਭ ਕੁਝ ਲੈ ਜਾਣਾ ਹੈ। ਮਹਾਂਪੁਰਖ ਦੀ ਧਰਤੀ ਤੋਂ ਤਿੰਨ ਵਾਰਤਾ ਨੇ ਜਿਨ੍ਹਾਂ ਦੇ ਵਿੱਚ ਸਿਮਰਨ ਕੀਤਾ ਜਾ ਸਕਦਾ ਹੈ, ਤਾਂ ਸਤਿਗੁਰੂ ਕਹਿੰਦੇ ਬਾਲ ਜਵਾਨੀਆਂ ਬਿਰਧ ਖੁਰਦਾ ਤੀਨ ਵਾਰਤਾ ਯਾਦ ਕਹਿੰਦੇ ਵਾਹਿਗੁਰੂ Thank you.
ਪਰ ਸਾਨੂੰ ਇੱਥੋਂ ਤੱਕ ਵੀ ਕਹਿੰਦੇ ਹੈ, ਕਹਿੰਦੇ ਜੇ ਕਿਤੇ ਤੂੰ ਮਾਤਲੋਕ ਦੀ ਧਰਤੀ ਤੇ ਵਿਚਰਦਾ ਵਿਚਰਦਾ ਪਰਮਾਤਮਾ ਦੇ ਨਾਲ ਜੁੜੇ, ਬਈ ਜੰਗਲਾਂ ਦੇ ਵਿੱਚ ਬਹਿ ਜਾ, ਭਾਵੇਂ ਕੱਪੜੇ ਪਾ ਲੈ, ਕੱਲਾ ਬਹਿ ਜਾ ਨੇਤਰ ਬੰਦ ਕਰਕੇ, ਇਹ ਨੀ ਕਿਹਾ ਗੁਰੂ ਨੇ। ਗੁਰੂ ਕਹਿੰਦਾ ਹੈ ਕਿਰਤ ਕਰਮ ਕੇ ਵਿਸੜੇ ਕਰਕੇ ਪਾਵੇ ਨੂਰਾ, ਕਿਰਤ ਦੇ ਕਰਮਾਂ ਦੇ ਕਰਕੇ ਅਸੀਂ ਵਿਛੜੇ ਹਾਂ, ਤੂੰ ਹੁਣ ਜੁੜਨਾ ਕਿਵੇਂ ਹੈ? ਇਹ ਗੁਰੂ ਦੇ ਚਰਨਾਂ ਦੇ ਵਿੱਚ ਆਵਾਂਗੇ, ਗੁਰੂ ਨੂੰ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਆਏ ਹਾਂ, ਸਗਲ ਦੁਆਰ ਤੋਂ ਸਾਜਕ ਹੈ, ਗਏ ਤੁਹਾਰੋ ਦੁਆਰ ਵਾਹੇ ਗਹਿਣੀ ਕੀ ਲਾਜ ਆ ਸੁਗੋਬਿੰਦ ਦਾਸ, ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਕਹਿ ਇੱਕ ਵਾਰ, ਚਾਰੇ ਕੁੰਡਾ ਭਾਲਕ ਹੈ ਆਏ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲੈ ਕਢਾਏ, ਸੱਚੇ ਪਾਤਸ਼ਾਹ ਮੈਂ ਡੁੱਬਦਾ ਜਾਂਦਾ ਨਿਕਲਦਾ ਜਾਂਦਾ ਸੰਸਾਰ ਦੀ ਮਾਇਆ ਚ, ਮੈਨੂੰ ਬਚਾ ਲੈ, ਨਾਮ ਦਾ ਕਿਣ ਕਰ ਦੇ, ਫਿਰ ਗੁਰੂ ਕਿਰਪਾ ਕਰੂਗਾ। ਗੁਰੂ ਕਿਰਪਾ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿੰਜਰੇ ਦੇ ਵਿੱਚ ਬੰਦ ਰਹੇ, ਰਾਮ ਕੇ ਰਾਵਣ ਕੇ ਜਾਪ ਤੋਂ ਬਹੁਤ ਪਰਿਵਾਰ ਕੌਣ ਨਾਲ ਫਿਰ ਕਸ ਨਹੀਂ ਸੁਪਨੇ ਜਿਉਂ ਸੰਸਾਰ, ਆ ਜਿਹੜਾ ਸੰਸਾਰ ਹੈ ਸਤਿਗੁਰੂ ਕਹਿੰਦੇ ਇਹ ਵੇਖਿਆ ਵਿਚਰੇ ਸੰਸਾਰ ਚ, ਪਰ ਕਹਿੰਦੇ ਹੁਣ ਪਿੰਜਰੇ ਦੇ ਵਿੱਚ ਜਦੋਂ ਸਰੀਰ ਕਰਕੇ ਬੰਦ ਹੋ ਗਏ ਉਦੋਂ ਪਤਾ ਲੱਗਿਆ ਵੀ ਇਹ ਸੁਪਨਾ ਹੀ ਸੀ, ਇਹ ਸੰਸਾਰ ਜਿਹੜਾ ਤੁਸੀਂ ਨੇਤਰਾਂ ਨਾਲ ਵੇਖਿਆ ਇਹ ਸੁਪਨਾ ਹੀ ਸੀ, ਕਿਉਂਕਿ ਹਮ ਮੁੱਖ ਜਾਣਾ ਹੈ, ਪਤਾ ਹੈ ਨਾ, ਪਤਾ ਸਾਨੂੰ ਹੈ ਪਰ ਸਾਡਾ ਉੱਥੇ ਮਨ ਨਹੀਂ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਜਰੇ ਦੇ ਵਿੱਚ ਬੰਦ ਨੇ, ਕਹਿੰਦੇ ਉੱਥੇ ਸਭ ਉਚਾਰਨ ਕੀਤੇ ਵੀ ਹੁਣ ਦੇਖਿਆ ਵੀ ਪਹਿਲਾਂ ਤਾਂ ਸੁਣਿਆ ਹੀ ਸੀ ਗੁਰੂ ਪੀਰਾਂ ਕੋਲ, ਹੁਣ ਦੇਖਿਆ ਵੀ ਇਹ ਸੁਪਨਾ ਹੀ ਸੀ, ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋਊ ਪਈ ਹੈ ਨੇ, ਇਸ ਸੰਸਾਰ ਤੇ ਆਏ ਬੜੇ ਵੱਡੇ ਵੱਡੇ ਕਿਹੋ ਜਿਹੇ ਆਏ, ਕਹਿ ਲੀ ਕਰਕੇ ਦੀਪਕ ਦਾਈ ਉੱਪਰ ਮੰਡ ਵਸਾਏ, ਮਾਰ ਮੰਡੇ ਤੇ ਕੋਦ ਕਾਈ ਤੇ ਦ੍ਰਿਸ਼ਟਾ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ ਕਾਹੇ ਰੇ ਨਰ ਗਰ ਕਰਤਾ, ਬਿਨਸ ਜਾਏ ਝੂਠੀ ਦੇਹੀ, ਕਹਿੰਦੇ ਤੇਰੀ ਦੇਹੀ ਹੈ ਜਿਹੜੀ ਨਾ ਇਹ ਝੂਠੀ ਹੈ ਜਿਹਦਾ ਤੂੰ ਮਾਣ ਕਰੀ ਜਾਂਦਾ ਹੈ, ਜਦਕਿ ਬੀਤ ਪਵਨ ਕਾ ਥੰਭਾ ਰਕਤ ਖੂਨ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪਾਖੀ ਵਸੈ ਵਿਚਾਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ ਜੈਸੇ ਤਰਮਰ ਪੰਖ ਸੇਰਾ, ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਰਨ, ਪਰ ਅਸੀਂ ਕੀ ਕੀਤਾ ਸਾਧ ਕਰਾ ਮੰਗਾਟ ਦੇਣੀ, ਸੱਚ ਜਾਣ ਕੇ ਦੇਣੀਆਂ ਗੰਡਾ ਜੋ ਆਉਣੀ ਹੋਏ
ਇਹ ਮਾਰਗ ਸੰਸਾਰ ਗੁਰੂ ਨਾਨਕ ਫਿਰ ਨਹੀਂ ਹੋਏ ਸਾਨੂੰ ਸਮਝਾਇਆ ਅਰੇ ਲੋਕੂ ਬਾਤ ਲੋਕੇ ਬੰਦਿਓ ਇੱਥੇ ਕੋਈ ਸਿਰ ਰਹਿਣ ਵਾਲੀ ਬਾਤ ਕੋਈ ਨਹੀਂ ਹੈ ਇੱਥੋਂ ਤੱਕ ਵੀ ਸਤਿਗੁਰੂ ਕਹਿੰਦੇ ਹੈ Yeah.
ਸੋਆ ਮਰੀ ਗਤ ਆਨੰਦ ਸਭ ਬਿਹਾਰੀ ਕੋਈ ਨਾਮ ਨਾ ਜਾਣੇ ਹੀਰਾ ਵਾਹਿਗੁਰੂ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਲੋਕ ਮਹਿਲਾ ਦੂਜਾ ਆਪੇ ਜਾਣੇ ਕਰੇ ਆਪਾ ਭੈਣੇ ਰਾਤ ਸੇ ਅੱਗੇ ਨਾਨਕਾ ਕਲੇ ਕੀ ਚਿਰਦਾਸ ਸਤਿ ਸ੍ਰੀ ਅਕਾਲ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਸੱਤੇ ਹੱਟੀਆਂ ਜੱਗੀਆਂ ਤੱਕੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਆ ਸ਼ਹੀਦ ਸਿੰਘਾਂ ਸਿੰਘਣੀਆਂ ਮਾਈਆਂ ਵੀ ਚੰਗੀਆਂ ਮਹਾਂਪੁਰਸ਼ਾਂ ਦੀ ਕਮਾਈ ਵੱਲ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ ਫਿਰ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੂੰ ਵਾਹਿਗੁਰੂ 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 ਨਾਮ ਚਿੱਤਾ ਵਿੱਚ ਧਾਵਨ ਸਦਕਾ ਬਖਸ਼ਣਾ ਹੀ ਸਿੱਖਾਂ ਨੂੰ ਸਿੱਖੀ ਦਾਨ ਇਹ ਦਾਨ ਰਹਿਤ ਦਾਨ ਵੇਖ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਅੰਮ੍ਰਿਤਸਰ ਜੀ ਕੇ ਦਰਸ਼ਨ ਸੁਨਾਨ ਚੌਂਕੀਆਂ ਝੰਡੇ ਹੋਣਗੇ ਜੁਗੋ ਜੁਗ ਅਟਲ ਹੇ ਅਕਾਲ ਪੁਰਖ ਆਪਣੇ ਪਾਲ ਦੇ ਸਦਾ ਸਹਾਈ ਦਾ ਤਾਜ ਸਿੱਖਾਂ ਦਾ ਮਾਨੀਮਾ ਮੱਤ ਉੱਚੀ ਮਹੱਤਾ ਦਾ ਰਾਖਾ ਬਕਲਪ ਵਾਹਿਗੁਰੂ ਜੀ ਮਾਣਿਆਂ ਦੀ ਮਾਣ ਸਤਿਗੁਰੂ ਜੀ ਨੇ ਤਾਣਿਆਂ ਦੀ ਤਾਣ ਨਿਉਟਿਆਂ ਦੀ ਸੱਚੇ ਪਿਤਾ ਧੰਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੂਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੇਠਾਂ ਮਾਤੀ ਖੇਜੂਰ ਅਰਦਾਸ ਬੇਨਤੀ ਜੋਦੜੀ ਰਾਣਾ ਰਾਉ ਨਾ ਪੂਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਮੰਦਾ ਧੀਰ ਦੇ ਮਹਾਂਵਾਕੂ ਸਾਰਦਾਰ ਕਰਦੇ ਸੇਵਕ ਸਰਦਾਰ ਤਰਲੋਚਨ ਸਿੰਘ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਦੇ ਨਾਲ ਸੰਸਾਰ ਦੀ ਯਾਤਰਾ ਕਰਦਿਆਂ ਕਲ ਪ੍ਰਣ ਕੀਤਾ ਪਰਿਵਾਰ ਨੇ ਭਾਣਾ ਮੰਨਿਆ ਆਤਮਾ ਦੀ ਸ਼ਾਂਤੀ ਵਾਸਤੇ ਤੁਰਕੀ ਬਾਣੀ ਆਈ ਅਤੇ ਸੰਗਲੀ ਚਿੰਤੂ ਉਟਾਈ ਦੇ ਆਪ ਜੀ ਦੀ ਪ੍ਰੇਰਨਾ ਅਨੁਸਾਰ ਸ੍ਰੀ ਸਾਹਿਬ ਪਾਠ ਫਿਰ ਉਤੋਂ ਆਰੰਭ ਕਰਾਏ ਅੰਮ੍ਰਿਤ ਵੇਲੇ ਭੋਗ ਪਾਏ ਆਪ ਜੀ ਦੇ ਚਰਨਾਂ ਦੇ ਸ਼ਬਦ ਕੀਰਤਨ ਬਣਦੇ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਕੀਰਤਨ ਵਿਚਾਰਾ ਕਰਦਿਆਂ ਕੋਲੋਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਭੁੱਲਾਂ ਦੀ ਮਾਫ਼ੀ ਲਈ ਅੱਗੇ ਨੂੰ ਸਮਰੱਥ ਬਖਸ਼ਣ ਵਾਲੇ ਲਈ ਪਾਠ ਕਰਨ ਦਾ ਸੇਵਾ ਕਰਨ ਦਾ ਕੀਰਤਨ ਵਿਚਾਰਾਂ ਕਰਨ ਦਾ ਵਲੋਂ ਸੁਨਾਮ ਦਰ 'ਤੇ ਸੰਧੀ ਹੈ ਦਰ 'ਤੇ ਪ੍ਰਵਾਨ ਕਰਨੀ ਕੀਤੀ ਤਿਲ ਫਲ ਭੇਟਾ ਦਰ 'ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲ ਦਿੱਤੇ ਦਾਨ ਦਾ ਫਲ ਕੀਤੀ ਸੇਵਾ ਦਾ ਫਲ ਵਿਸੜੀ ਆਤਮਾ ਨੂੰ ਬਚਾਉਣਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਡਿੱਗੀਆਂ ਤੱਕੀਆਂ ਜੂਨਾਂ ਤੋਂ ਬਚਾਉਣਾ ਇਸੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਉਸ ਨੈਟ ਟਾਈਮ ਆਪ ਜੀ ਕੇਜੂਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਸੁਪਨ ਵਾਸਤੇ ਪੰਚਮ ਕੜਾ ਪ੍ਰਸਾਦੀ ਦੇ ਸਜਾ ਕੇ ਹਰ ਕੀਤੀ ਹੈ ਅੰਤ ਪ੍ਰਕਾਰ ਮਿਟਾਏ ਕਰੀ ਪਾਤਸ਼ਾਹ ਸੁਖ ਮਿੱਤਰਾ ਹਲਾਲ ਨੂੰ ਘੁਗਰਾ ਭੋਗ ਲੱਗਿਆ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਗੁਰੂ ਸਤਿਗੁਰੂ ਜੀ ਕਰੋ ਕਿਰਪਾ ਇਲਾਹੀ ਦਰਗਾਹੀ ਪ੍ਰਣ ਸੁਣਾ ਕੇ ਨਿਹਾਲ 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 ਕਰੋ ਸਹੀ ਪਿਆਰ ਨਾਲ ਮਿਲ ਕਰਾਓ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਤਾਂ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਵਾਹਿਗੁਰੂ ਜੋ ਜੋ ਦਿਸ਼ਾ ਬਣਾ
ਚੰਗੀ ਤਰ੍ਹਾਂ ਜਾਣਦੇ ਹਾਂ
ਜੀਵਨ ਦਾ ਨਾਲ ਸਾਡੇ ਨਾਲ ਬਾਹਰ ਰਹਿੰਦਾ। ਮੈਂ ਸਮਝਦਾ ਹੈ ਇੱਕ ਲੰਬੀ ਉਮਰ ਦਾ ਜਿਹੜਾ ਰਾਜ ਹੈ ਜ਼ਰੂਰ ਇਹਨਾਂ ਨੂੰ ਇੱਕ ਜਿਮੀਦਾਰਾਂ ਦੀਆਂ ਜੋ ਅਸੀਸਾਂ ਨੇ ਉਹ ਇਹਨਾਂ ਨੂੰ ਪਿੱਛੇ ਤੱਕ ਲੈ ਕੇ ਗਈਆਂ ਨੇ। ਉਸ ਤੋਂ ਬਾਅਦ ਆਪਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਹੱਥ ਮਾਰੀਏ ਤਾਂ ਸੁਰਿੰਦਰਪਾਲ ਸਿੰਘ ਇਹਨਾਂ ਨੂੰ ਇਹਨਾਂ ਨੇ ਮੇਰੀ ਯਾਦ ਹੈ ਵੀ 24/8/1972 ਮੁਤਾਬਕ ਇਹਨਾਂ ਦੱਸਣ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਭਰਤੀ ਕਰਵਾਇਆ। ਉਸ ਤੋਂ ਬਾਅਦ ਦੂਸਰਾ ਬੇਟਾ ਇਹਨਾਂ ਦਾ ਇੰਗਲੈਂਡ ਦੇ ਵਿੱਚ ਸੈਟਲ ਨੇ। ਜੋ ਤਿੰਨ ਲੜਕੀਆਂ ਨੇ ਇੱਕ ਲੜਕੀ ਇਹਨਾਂ ਦੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਏ ਨੇ ਜੋ ਕਿ ਆਸਟ੍ਰੇਲੀਆ ਦੇ ਵਿੱਚ ਵੀ ਸੈਟਲ ਨੇ। ਉਹਨਾਂ ਦੇ ਜੋ ਸਟਾਫ ਉਸ ਦਿਨ ਮੈਂ ਦੇਖਿਆ ਭੈਣ ਸਾਹਿਬ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਿੰਸੀਪਲ ਸਾਹਿਬ ਅਤੇ ਉਹ ਸਾਰਾ ਸਟਾਫ ਉਹ ਸੰਸਕਾਰ ਦੇ ਵੀ ਪਹੁੰਚਿਆ। ਇੱਥੋਂ ਆਪਾਂ ਇਹ ਵੀ ਕਰ ਸਕਦੇ ਹਾਂ ਕਿ ਜੇ ਆਪਣੇ ਸਟਾਫ ਦੇ ਨਾਲ ਵਧੀਆ ਸੰਬੰਧ ਨੇ ਤਾਂ ਹੀ ਜੋ ਵਾਜਬੀ ਕਰਮਚਾਰੀ ਮਿਲਦੇ ਹਨ। ਮੈਂ ਇਹਨਾਂ ਦਾ ਡਿਫੈਂਸ ਕਰਨਾ ਚਾਹੁੰਦਾ। ਇੱਕ ਬੇਟੀ ਇਹਨਾਂ ਦੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਸੈਟਲ ਨੇ। ਤੀਸਰੀ ਬੇਟੀ ਇਹਨਾਂ ਦੀ ਲੁਧਿਆਣੇ ਵਾਲੇ ਸਰਦਾਰ ਰਣਜੀਤ ਸਿੰਘ ਜੀ ਇਹਨਾਂ ਦੇ ਦਿਮਾਗ ਤੇ ਸਾਰਾ ਪਰਿਵਾਰ ਉਹ ਲੁਧਿਆਣੇ ਸੈਟਲ ਨੇ ਆਪਣੇ ਬਿਜ਼ਨਸ ਦੇ ਵਿੱਚ। ਔਰ ਜਿਨ੍ਹਾਂ ਨੇ ਮੈਂ ਸਮਝਦਾ ਪਿਛਲਾ ਲੰਮਾ ਸਮਾਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਜਿਹਦੇ ਵਿੱਚ ਸੁਰਿੰਦਰ ਜੀ ਦੇ ਵਾਈਫ ਮੈਡਮ ਚਰਨਜੀਤ ਕੌਰ ਜੀ, ਇਹਨਾਂ ਦੇ ਬੇਟੀ ਨਰਿੰਦਰ ਕੌਰ ਜੀ ਅਤੇ ਰਣਜੀਤ ਸਿੰਘ ਉਹਨਾਂ ਨੇ ਸਾਰਿਆਂ ਨੇ ਰਲ ਕੇ ਵਧੀਆ ਸਾਫ਼ ਸੰਭਾਲ ਕੀਤੀ। ਇਲੈਕਸ਼ਨ ਤੋਂ ਕੁਛ ਦਿਨ ਪਹਿਲਾਂ ਸੰਡੇ ਨੂੰ ਮੈਂ ਗਿਆ ਤਾਂ ਇਸ ਤਰ੍ਹਾਂ ਦੇਖ ਕੇ ਲੱਗਦਾ ਸੀ ਵੀ ਬਜ਼ੁਰਗ ਬਿਮਾਰ ਨਹੀਂ ਹੈਗੇ, ਕਿਉਂਕਿ ਨਹੀਂ ਤਾਂ ਆਪਾਂ ਬਿਮਾਰ ਬੰਦੇ ਕੋਲ ਕਿਤੇ ਸੇਵਾ ਸੰਭਾਲਣਾ ਹੋਵੇ ਇੰਨਾ ਲੰਮਾ ਸਮਾਂ ਤਿੰਨ ਚਾਰ ਮਹੀਨੇ ਤੋਂ ਬੈੱਡ 'ਤੇ ਪਿਆ ਹੋਵੇ ਉਹਦੀ ਦਿਸ਼ਾ ਹੀ ਗੋਲ ਹੋ ਜਾਂਦੀ ਹੈ। ਇਸ ਕਰਕੇ ਇਹ ਭਾਗਾਂ ਵਾਲਾ ਪਰਿਵਾਰ ਮੰਨਿਆ ਜਾਂਦਾ ਬਜ਼ੁਰਗਾਂ ਦੀ ਬਹੁਤ ਆਪਣੇ ਸਮੇਂ ਦੇ ਵਿੱਚ ਸੇਵਾ ਹੋਈ ਆ। ਇਹ ਕਿਸੇ ਤੋਂ ਗੱਲ ਦੁਖੀ ਨਹੀਂ ਹੋਈ ਅਤੇ ਸਾਰੇ ਪਰਿਵਾਰ ਨੂੰ ਵਿਦੇਸ਼ਾਂ ਦੇ ਵਿੱਚ ਤਕਰੀਬਨ ਸਾਰੇ ਬੱਚੇ ਸੈਟਲ ਨੇ। ਸਾਰੇ ਬੱਚਿਆਂ ਨੂੰ ਵਧੀਆ ਰੁਜ਼ਗਾਰ ਦਵਾਉਣਾ ਉਹ ਵੀ ਗੌਰਮੈਂਟ ਮਹਿਕਮੇ ਦੇ ਵਿੱਚ ਮੈਂ ਸਮਝਦਾ ਗਰੇਵਾਲ ਸਾਹਿਬ ਦਾ ਆਪਣੇ ਪਰਿਵਾਰ ਵਾਸਤੇ ਜੋ ਫਰਜ਼ ਸੀ ਉਸ ਤੋਂ ਵੀ ਵੱਧ ਕੇ ਕਿਤੇ ਇਹਨਾਂ ਨਹੀਂ ਕੀਤਾ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲਊ। ਸਾਡੇ ਦਰਮਿਆਨ ਮਾਨਯੋਗ ਗਾਵੜੀਆ ਸਾਹਿਬ, ਸਾਬਕਾ ਕੈਬਨਿਟ ਮੰਤਰੀ ਪੰਜਾਬ ਉਹ ਪਹੁੰਚੇ ਹੋਏ ਨੇ। ਮੈਂ ਬੇਨਤੀ ਕਰੂੰਗਾ ਅੱਜ ਵੀ ਸੰਗਤ ਦਾ ਧੰਨਵਾਦ ਕਰਕੇ ਗਾਵੜੀਆ ਸਾਹਿਬ ਨੂੰ ਆਪਣੀਆਂ ਜਿੰਦੀਆਂ ਗੜਾਈਆਂ ਦੇ ਵਿੱਚੋਂ ਸਰਦਾ ਤੇ ਸਤਿਕਾਰ ਭੇਟ ਕਰਨ ਵਾਸਤੇ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਨ ਵਾਸਤੇ ਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੀ ਗੁਰੂ ਪਿਆਰੀ ਸਤਿ ਸ੍ਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਸ਼ਾਕਾਹਾਰੀ ਗੱਲ ਨਹੀਂ ਕਿ ਸੰਸਾਰ ਖਾਨੀ ਹੈ, ਸੰਸਾਰ ਇੱਕ ਮੁਸਾਫਰ ਖਾਨਾ ਹੈ। ਗੁਰੂ ਸਾਹਿਬ ਹੀ ਫਰਮਾਉਂਦੇ ਨੇ ਜੋ ਆਇਆ ਸੋ ਚੱਲ ਸੀ ਸਭ ਉਹ ਆਈ ਵਾਰ। ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ ਪ੍ਰਾਣੀ ਇਸ ਸੰਸਾਰ 'ਤੇ ਆਉਂਦੇ ਨੇ, ਲੱਖਾਂ ਦੀ ਤਾਦਾਦ ਵਿੱਚ ਨਹੀਂ ਜਾਂਦੇ ਨੇ, ਪਰ ਘੱਟ ਵਿੱਚ ਨਹੀਂ ਆਉਂਦੇ ਨੇ। ਜਿਹੜੇ ਪਰਿਵਾਰ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੋਈ ਸਮਾਜਿਕ ਜ਼ਿੰਮੇਵਾਰੀਆਂ, ਕੋਈ ਇਲਾਕੇ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਜਾਂਦੇ ਨੇ, ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਸਰਦਾਰ ਤਰਗੋਚਨ ਸਿੰਘ ਜੀ ਜਿਨ੍ਹਾਂ ਨੇ ਬੜੀ ਪਾਰਦਰਸ਼ੀ ਦੇ ਨਾਲ ਕਿਸੇ ਮਹਿਕਮੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਰਹਿ ਕੇ ਜਿੱਥੇ ਆਪਣੇ ਪਰਿਵਾਰ ਨੂੰ ਪੜ੍ਹਾਇਆ ਲਿਖਾਇਆ ਚੰਗੇ ਰੁਤਬਿਆਂ 'ਤੇ ਪਹੁੰਚਾਇਆ, ਉੱਥੇ ਆਪਣੇ ਕਿੱਤੇ ਦੇ ਵਿੱਚ ਸਮਾਜ ਦੀ ਬਹੁਤ ਵੱਡੀ ਸੇਵਾ ਕੀਤੀ।
ਕਿ ਠੀਕ ਆ ਕਿ ਸਾਰੇ ਨੇ ਜਾਣ, ਪਰ ਜਿਹੜੇ ਲੋਕ ਕੁਛ ਕਰ ਜਾਂਦੇ ਨੇ, ਆਪਾਂ ਵੇਖੀਏ ਪੰਜਾਬ ਦੀ ਧਰਤੀ ਨੇ ਤਿੰਨ ਇਤਿਹਾਸ ਲਿਖੇ ਆ, ਇਹ ਗੁਰੂ ਇਤਿਹਾਸ ਆ, ਇੱਕ ਸਿੱਖ ਇਤਿਹਾਸ, ਇੱਕ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਆ, ਤੇ ਉਹ ਤਿੰਨੇ ਪੜ੍ਹਦੇ ਤੇ ਪਤਾ ਲੱਗਦਾ ਕਿ ਕਹਿਣ ਵਾਲੀ ਬੜੀ ਦੁਨੀਆਂ ਕਹਿ ਕੇ ਚਲੀ ਗਈ, ਕਰਨ ਵਾਲੇ ਬਹੁਤ ਘੱਟ ਆਏ, ਕਰਕੇ ਗਏ ਤੇ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਗਏ। ਅਸੀਂ ਉਹ ਇਤਿਹਾਸ ਤੋਂ ਸੇਧ ਲੈਂਦੇ ਹਾਂ, ਉੱਥੋਂ ਸਿੱਖਿਆ ਲੈਂਦੇ ਹਾਂ, ਉੱਥੋਂ ਜੀਵਨ ਲੈਂਦੇ ਹਾਂ। ਤੋ ਅੱਜ ਇਹ ਠੀਕ ਹੈ ਕਿ ਸਰਦਾਰ ਤਰਲੋਚਨ ਸਿੰਘ ਸਰੀਰਕ ਤੌਰ ਤੇ ਸਾਡੇ ਤੋਂ ਚਲੇ ਗਏ, ਪਰ ਮੈਂ ਸਮਝਦਾ ਕਿ ਉਹਨਾਂ ਨੂੰ ਕੀਤੇ ਹੋਏ ਕੰਮ ਜਿਹੜੇ ਆ ਉਹ ਹਮੇਸ਼ਾ ਹੀ ਉਹਨਾਂ ਜਿਉਂਦਿਆਂ ਰੱਖਣਗੇ, ਹਮੇਸ਼ਾ ਹੀ ਉਹ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਹਮੇਸ਼ਾ ਸਾਡੇ ਦਿਲ ਤੇ ਦਿਮਾਗ ਤੇ ਰਹਿਣ। ਸਰਦਾਰ ਰਣਜੀਤ ਸਿੰਘ ਜੀ ਹਰਾਂ ਨੇ ਸੇਵਾ ਕੀਤੀ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਨਸਾਨ ਦਾ ਪਹਿਲਾ ਗੁਰੂ ਆ ਜਿਹੜਾ ਉਹ ਮਾਤਾ ਪਿਤਾ, ਤੇ ਮਾਤਾ ਪਿਤਾ ਦੀ ਸੇਵਾ ਕਰਨਾ ਮੈਂ ਕਹਿੰਦਾ ਵੀ ਇਹ ਤੋਂ ਬੜੀ ਕੋਈ ਚੀਜ਼ ਨਹੀਂ। ਸੇਵਾ ਦੇ ਵਿੱਚੋਂ ਮੇਵਾ ਮਿਲਦਾ, ਸੇਵਾ ਦੇ ਕਰਨ ਨਾਲ ਹੀ ਫਲ ਮਿਲਦਾ। ਇਸ ਗੱਲ ਦੇ ਵਧਾਈ ਦੇ ਪਾਤਰ ਨੇ, ਇਹ ਠੀਕ ਆ ਕਿ ਵੱਡਾ ਤਜਰਬਾ ਚਲਾ ਗਿਆ ਸਾਡੇ ਕੋਲ 87 ਸਾਲ ਦੀ ਉਮਰ ਬਹੁਤ ਲੰਮੀ ਹੁੰਦੀ ਅੱਜ ਦੇ ਸਮੇਂ ਦੇ ਵਿੱਚ, ਔਰ ਉਹਨਾਂ ਦਾ ਤਜਰਬਾ ਵੀ ਵੱਡਾ ਵੱਡਾ ਸੀ। ਤਜਰਬਾ ਇਹਦੇ ਵਿੱਚ ਨਹੀਂ ਆ ਜਾਂਦਾ, ਸਾਡਾ 25 ਸਾਲ ਤੱਕ ਬਚਪਨ ਆ, 45 ਸਾਲ ਤੱਕ ਗ੍ਰਿਸ਼ਤ ਜੀਵਨ ਆ, 45 ਸਾਲ ਤੋਂ ਬਾਅਦ ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਅਸੀਂ ਨਿਭਾਉਣ ਲੱਗ ਜਾਂਦੇ ਹਾਂ। ਇਹ ਨਿਭਾਉਂਦਿਆਂ ਨਿਭਾਉਂਦਿਆਂ 65 ਸਾਲ ਤੱਕ ਪਹੁੰਚ ਜਾਂਦੇ ਹਾਂ, ਤੇ 65 ਸਾਲ ਤੋਂ ਬਾਅਦ ਜਾ ਕੇ ਇਹ ਤਜਰਬੇ ਦੇ ਮਾਲਕ ਬਣਦੇ। ਉਹ ਤਜਰਬੇ ਦਾ ਫਾਇਦਾ ਇਕੱਲਾ ਪਰਿਵਾਰ ਹੀ ਦਿੰਦਾ, ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰ ਵੀ ਉਹਦਾ ਫਾਇਦਾ ਲੈਂਦੇ ਨੇ, ਕਿਉਂਕਿ ਪੁਰਾਣੇ ਬਜ਼ੁਰਗਾਂ ਦੀ ਇਹ ਗੱਲ ਹੁੰਦੀ ਸੀ ਕਿ ਜੇ ਕੋਈ ਗਲਤ ਕੰਮ ਹੁੰਦਾ ਰੋਕ ਦਿੰਦੇ ਸੀ, ਰੋਕ ਦਿੰਦੇ ਸੀ। ਤੇ ਉਹਨਾਂ ਦੇ ਵਿੱਚੋਂ ਇਹ ਆ ਕਿ ਉਹਨਾਂ ਨੇ ਉਹ ਸਮੇਂ ਵੀ ਦੇਖੇ, 87 ਸਾਲ ਦਾ ਜੇ ਸਮੇਂ ਵੇਖਦੇ ਜਦੋਂ ਕੋਈ 4 ਆਨੇ ਦੀ ਕੀਮਤ ਨਹੀਂ ਹੁੰਦੀ ਸੀ, ਅੱਜ ਕੱਲ੍ਹ ਤਾਂ 4 ਆਨੇ ਨੂੰ ਰਿਕਸ਼ਾ ਤੋਂ ਪੈ ਜਾਏ, ਅੱਜ ਕੱਲ੍ਹ ਤਾਂ ਮੈਂ 10 ਰੁਪਈਏ ਜਵਾਬ ਨਹੀਂ ਹੁੰਦਾ। ਤੇ ਉਹ ਸਮਾਂ ਵੀ ਉਹਨਾਂ ਨੇ ਦੇਖਿਆ ਜਦੋਂ 4 ਆਨੇ ਦੀ ਕੀਮਤ ਹੁੰਦੀ ਸੀ, ਉਹ ਵੀ ਦੇਖਿਆ ਸੱਚ ਬੋਲਣ ਵਾਲੇ ਦੀ ਕਦਰ ਹੁੰਦੀ ਸੀ, ਜੇ ਕੋਈ ਸੱਚ ਬੋਲਦਾ ਸੀ ਉਹਦਾ ਸਨਮਾਨ ਕਰਦੇ ਸੀ ਲੋਕ। ਚਲੋ ਠੀਕ, ਹੁਣ ਆਪਣੇ ਸਮੇਂ ਦੇ ਵਿੱਚ ਕਰਕੇ ਗਏ ਨੇ, ਸਤਿਗੁਰ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਸੰਭਾਲ ਦੇ, ਕਿਉਂਕਿ ਆਤਮਾ ਜਿਹੜੀ ਹੈ ਨਾ, ਇਹ ਆਤਮਾ ਜਦੋਂ ਪਰਮਾਤਮਾ ਨੂੰ ਪੁੱਟਦੀ ਹੈ ਨਾ, ਤੇ ਉਹ 84 ਦੇ ਗੇੜ ਚ ਪੈ ਜਾਂਦੀ ਹੈ, ਯੂਨੀਅਨ ਚ ਵੜ ਜਾਂਦੀ ਹੈ, ਤੇ ਉਹ ਫਿਰ ਰਸਤਾ ਲਾਉਂਦੀ ਹੈ ਕਿ ਮੁੜ ਕੇ ਮੈਂ ਪਰਮਾਤਮਾ ਨਾਲ ਕਿਵੇਂ ਮਿਲਾਂ। ਪਰਮਾਤਮਾ ਨੂੰ ਮਿਲਣ ਵਾਸਤੇ ਕੋਈ ਰਸਤਾ ਨਹੀਂ ਲੱਭਦਾ, ਕਈ ਵਾਰ ਕਈ 84 ਦੇ ਗੇੜ ਕੱਢ ਜਾਂਦੀ ਹੈ ਉਹ ਆਤਮਾ ਜੋ ਪਰਮਾਤਮਾ ਮਿਲਦੀ ਹੈ, ਕਿਤੇ ਭਾਗਾਂ ਨਾਲ ਕਰਮਾਂ ਨਾਲ ਇਨਸਾਨੀ ਜੀਵਨ ਮਿਲ ਜਾਂਦਾ, ਤੇ ਇਨਸਾਨੀ ਜੀਵਨ ਇੱਕ ਰਸਤਾ ਆਇਆ ਮੁੜ ਕੇ ਪਰਮਾਤਮਾ ਨਾਲ ਮਿਲਣ, ਤੇ ਉਹ ਪਰਮਾਤਮਾ ਨੂੰ ਮਿਲਣ ਵਾਸਤੇ ਆਪਣੇ ਪ੍ਰਸੰਗ ਦੀ ਲੋੜ ਆ, ਚੰਗੇ ਕੰਮਾਂ ਦੀ ਲੋੜ ਆ, ਸਮਾਜ ਦੀ ਸੇਵਾ ਕਰਨ ਦੀ ਲੋੜ ਆ, ਗੁਰੂ ਇਤਿਹਾਸ ਵਿਰਸੇ ਨਾਲ ਜੁੜਨ ਦੀ ਲੋੜ ਆ। ਜੋ ਸਾਨੂੰ ਰਸਤਾ ਗੁਰੂ ਸਾਹਿਬਾਂ ਨੇ ਦੱਸਿਆ ਦੱਸਾਂ ਜਾਣਿਆ ਤੇ ਸਾਨੂੰ ਉਹਦੇ ਪਹਿਰਾ ਦੇਣ ਦੀ ਲੋੜ ਆ, ਤਾਂ ਕਿ ਸਹੀ ਆਤਮਾ ਸਾਡੇ ਵਿੱਚ ਮੁੜ ਕੇ ਪਤਾ ਵੀ ਇਹ ਜੀਵਨ ਮਿਲਣਾ ਕਿ ਨਹੀਂ ਮਿਲਣਾ, ਇਹ ਨਾ ਹੋਵੇ ਕਿਤੇ ਵੀ ਮੁੜ ਕੇ ਫਿਰ 84 ਦੇ ਗੇੜ ਚ ਪੈ ਜਾਈਏ, ਤੇ 84 ਦੇ ਗੇੜ ਚੋਂ ਨਿਕਲਣ ਵਾਸਤੇ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਇੱਕ ਰਸਤਾ ਹੈ। ਤੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਉਸ ਮਹਾਨ ਸ਼ਖਸੀਅਤ ਦਾ ਤਰਲੋਚਨ ਸਿੰਘ ਮੌਸਮੀਆਂ ਦੇ ਦੀਆਂ ਵਿੱਚੋਂ ਸਰਦਾ ਦੇ ਸਤਿਕਾਰ ਭੇਟ ਕਰਦਾ। ਆਪਾਂ ਸਾਰਿਆਂ ਨੂੰ ਅੱਗੇ ਅਰਦਾਸ ਕੀਤੀ ਆ ਕਿ ਸ਼ਹਿਨਸ਼ਾਹ ਕਿਰਪਾ ਕਰਨੀ, ਇਨਸਾਨ ਭੁੱਲਣਾ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਕੋਈ ਭੁੱਲ ਹੋ ਜਾਂਦੀ ਹੈ, ਉਹਨੂੰ ਨਾ ਚਾਰਦੇ ਹਾਂ, ਤੁਸੀਂ ਆਪਣੇ ਚਰਨਾਂ ਛੁਡਵਾ ਦੇਣਾ। ਪਿੱਛੇ ਸਮਾਜ ਨੂੰ, ਪਰਿਵਾਰ ਨੂੰ, ਸਾਕ ਸੰਬੰਧੀਆਂ, ਦੋਸਤਾਂ ਮਿੱਤਰਾਂ ਨੂੰ ਭਾਣਾ ਬਣਾਉਣਾ ਪੁੱਛਣਾ, ਔਰ ਮੈਂ ਸਮਝਦਾ ਕਿ ਇੱਕ ਮਨ ਇੱਕ ਚਿੱਤ ਅਰਦਾਸ ਜਦੋਂ ਹੁੰਦੀ ਆ ਪਰਮਾਤਮਾ ਸੁਣ ਲੈਂਦੇ,
ਸੋ ਸਤਿਗੁਰੂ ਕਿਰਪਾ ਕਰਨਗੇ, ਉਹਨਾਂ ਨੂੰ ਆਪਣੇ ਚਰਨਾਂ 'ਚ ਬਿਠਾ ਦੇਣਗੇ ਔਰ ਸਰਦਾਰ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪ੍ਰੋਗਰਾਮ ਪਾਣਾ ਮੰਦਾ ਰੋਕਣਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਿਆਣੇ ਕਹਿੰਦੇ ਆ ਕਿ ਦੁੱਖ ਦੇ ਵਿੱਚ ਵੱਡੀ ਗਿਣਤੀ ਸ਼ਰੀਕ ਹੋਈਏ ਦੁੱਖ ਘੱਟ ਜਾਂਦਾ। ਤੁਸੀਂ ਵੱਡੀ ਗਿਣਤੀ ਅੱਜ ਦੁੱਖ ਘਟਾਉਣ ਵਾਸਤੇ ਆਏ ਜੇ, ਕਿ ਉਹ ਦੁੱਖ ਘਟਾਉਣ ਦੇ ਨਾਲ ਹੀ ਦੁੱਖ ਘੱਟਦਾ ਅਤੇ ਤੁਹਾਡਾ ਸਮੁੱਚੀ ਸੰਗਤ ਦਾ ਵੱਖ ਵੱਖ ਅਦਾਰਿਆਂ ਦਾ ਵੱਖ ਵੱਖ ਸਭਾ ਸਾਹਿਬੀਆਂ ਵੱਖ ਵੱਖ ਮਹਿਕਮਿਆਂ ਵੱਖ ਵੱਖ ਇਲਾਕਿਆਂ ਤੋਂ ਜ਼ਿੰਮੇਵਾਰ ਸੁਸ਼ੀਧਾਰ ਜਿੱਥੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਆਪਾਂ ਨੂੰ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਵਧੀਆ ਜੀਵਨ ਜਾਂਚ ਦੱਸੀ, ਜੋ ਸਾਨੂੰ ਇਸ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦੇ ਪ੍ਰਤੀ ਸਾਡੇ ਖਾਤੇ ਬਣਦੇ ਆ ਉਹਨਾਂ ਬਾਰੇ ਵੀ ਜ਼ਿਕਰ ਕੀਤਾ ਗਿਆ, ਕਿਉਂਕਿ ਅੱਜ ਕੱਲ੍ਹ ਦੇ ਇਹ ਮਾਡਰਨ ਜ਼ਮਾਨੇ ਦੇ ਵਿੱਚ, ਦੌੜ ਭੱਜ ਦੇ ਜ਼ਮਾਨੇ ਦੇ ਵਿੱਚ ਅਜਿਹੇ ਘੱਟ ਵਿਅਕਤੀ ਨੇ ਜੋ ਸਿਆਣਿਆਂ ਪ੍ਰਤੀ ਧਿਆਨ ਦਿੰਦੇ ਆ। ਇਸ ਕਰਕੇ ਜ਼ਰੂਰ ਸਾਨੂੰ ਅਜਿਹੇ ਬਜ਼ੁਰਗਾਂ ਦੇ ਜੀਵਨ ਤੋਂ ਔਰ ਇਸ ਤਰ੍ਹਾਂ ਸਰਦਾਰ ਰਣਜੀਤ ਸਿੰਘ ਦਾ ਪਰਿਵਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮੈਂ ਅੰਤ ਦੇ ਵਿੱਚ ਗਾਂਧੀਆ ਸਾਹਿਬ ਦਾ ਵੀ ਸਰਦਾਰ ਰਣਜੀਤ ਸਿੰਘ ਵੱਲੋਂ ਅਤੇ ਸਮੂਹਿਤ ਗਰੇਵਾਲ ਸਾਹਿਬ ਪਰਿਵਾਰ ਵੱਲੋਂ ਧੰਨਵਾਦ ਵੀ ਕਰਨਾ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਰਜੀਵਿਆਂ ਨੂੰ ਛੱਡਦੇ ਹੋਏ ਸਾਡੇ ਦੁੱਖ ਦੇ ਵਿੱਚ ਪਹੁੰਚੇ ਨੇ। ਇਸ ਤੋਂ ਬਾਅਦ ਸੰਗਤ ਨੂੰ ਵੀ ਬੇਨਤੀ ਆ ਕਿ ਪ੍ਰਸ਼ਾਦੇ ਦਾ ਲੰਗਰ ਵੀ ਚੱਲ ਰਿਹਾ, ਜਿਹਨੇ ਨਹੀਂ ਛਕਿਆ ਪਰ ਜਾਂਦਾ ਛਕਣ, ਉਸ ਤੋਂ ਬਾਅਦ ਚਾਹ ਦੇ ਲੰਗਰ ਤਿਆਰ ਨੇ, ਜਿੰਨਾ ਵਰਤੀਆਂ ਸਭ ਨੇ ਚਾਹ ਦੇ ਲੰਗਰ ਛੱਕ ਕੇ ਜਾਣਾ। ਚੱਲਦੀ ਕਾਰਵਾਈ ਜਾਂ ਕੋਈ ਗਲਤੀ ਹੋਈ ਕਿਵੇਂ ਦਾ ਜਾ ਸਕਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।